केपीडी न्यूज, हक सच और इंसाफ की आवाज। केपीडी न्यूज, हक सच और इंसाफ की आवाज। जिथे सानू कोई शक हुंदा है असीं उहनूं चैक करदे आ, अगर कोई सुझा मिल जाए गोदाम है जां कोई दुकान है ते सानू उत्थों रिकवरी भी हो रही है। सानू उस दुकान ते भी शक सी, इन्फॉर्मेशन सी कि इस दुकान ते भी इंटॉक्सीकेट हो सकदे आ, जिहदे करके दुकान जिहड़ी है उस दिन बंद सी सैटरडे। असीं जिहड़ी आ दुकान जिहड़ी आ पुलिस वाले ਅੱਜ ਜਿਹੜੀ ਹੈ ਇਹਨਾਂ ਨੇ ਜਿਹੜੀ ਆ ਮਾਲਕਾ ਦੁਕਾਨ ਦਾ ਉਹਨੇ ਆ ਕੇ ਰਿਕਵੈਸਟ ਕੀਤੀ ਸੀ ਕਿ ਸਾਡੀ ਦੁਕਾਨ ਕਿੱਥੇ ਹੋਣੀ, ਮਾਰਨਿੰਗ ਸਟਾਰਟ ਹੋ ਉਹ ਦੁਕਾਨ ਨੇ ਖੋਲ ਕੇ ਸਾਰੀ ਚੈੱਕ ਕੀਤੀ ਹੈ, ਪਰ ਚੈਕਿੰਗ ਦੌਰਾਨ ਸਾਨੂੰ ਦੁਕਾਨ ਦੇ ਵਿੱਚ ਕੋਈ ਟੈਕਸੀਕਲ ਜਿਹੜੇ ਆ ਫਿਲਹਾਲ ਨਹੀਂ ਮਿਲੇ। ਅਸੀਂ ਜਿਹੜੀ ਉਹਦੀ ਰਿਪੋਰਟ ਹੈ ਬਣਾ ਕੇ ਅਗਲੀ ਕਾਰਵਾਈ ਲਈ ਜਿਹੜੀ ਆ ਤੇ ਬਣਾਉਂਦੇ। ਦੁਕਾਨ ਦਾ ਕੀ ਨਾਮ ਹੈ, ਕਿਹੜੀ ਜਗ੍ਹਾ ਪੈਂਦੀ, ਕੋਈ ਬਰਾਮਦੀ ਸਰ? ਨਹੀਂ ਬਰਾਮਦੀ ਕੁਛ ਨਹੀਂ। ਠੀਕ ਹੈ ਸਰ। ਹਾਂਜੀ ਭਾਈ, ਭਾਈ ਕੀ ਨਾਮ ਆਪਣਾ? ਮੇਰਾ ਨਾਮ ਪੁਨੀਤ ਗਾਂਧੀ, ਪ੍ਰੋਪਰਾਈਟਰ ਸਾਰਥਕ ਮੈਡੀਕਲ ਸਟੋਰ, ਦਿਲਗੁਸ਼ਾ ਮਾਰਕੀਟ, 3 ਕਿਲੋ ਕੰਪਲੈਕਸ। ਤੇ ਆਪਣੇ ਸਰ ਜਿਹੜੀ ਚੈਕਿੰਗ ਕੀਤੀ ਪੁਲਿਸ ਨੇ ਜਾਂ ਰੇਡ ਕੀਤੀ, ਔਰ ਆਪਣਾ ਕੀ ਕਹਿਣਾ ਹੈ ਹੈਲਥ ਨੇ? ਸਭ ਉਹਨਾਂ ਨੇ ਆਪਣੀ ਇੰਸਟਰਕਸ਼ਨ ਕੀਤੀ ਮੇਰੇ ਦੁਕਾਨ ਤੇ, ਚੰਗੀ ਤਰ੍ਹਾਂ ਉਹਨਾਂ ਨੇ ਇੰਸਟਰਕਸ਼ਨ ਕੀਤੀ ਹੈ। ਅਸੀਂ ਨਾ ਪਾ ਕੇ ਗਏ ਹਾਂ, ਕੁਛ ਕੀਤਾ ਨਹੀਂ ਅੱਜ ਤੱਕ, ਨਾ ਕਰਦੇ ਹਾਂ ਨਾ ਕਰਾਂਗੇ ਅੱਜ ਤੋਂ ਪਹਿਲੇ ਵੀ ਨਹੀਂ ਕਦੀ ਕੀਤਾ ਸੀਗਾ, ਨਾ ਅੱਗੋਂ ਕਦੀ ਕਰਾਂਗੇ ਕੁਛ ਇੱਦਾਂ ਦਾ। ਉਹਨਾਂ ਨੇ ਆਪਣਾ ਤਸੱਲੀ ਕੀਤੀ ਜੀ, ਚੈਕਿੰਗ ਕੀਤੀ ਹੈ, ਚੈੱਕ ਮਾਲ ਚੈੱਕ ਕੀਤਾ, ਸਟੋਕ ਚੈੱਕ ਕੀਤਾ, ਬਿੱਲ ਚੈੱਕ ਕੀਤੇ, ਸਭ ਕੁਝ ਚੈੱਕ ਕੀਤਾ। ਉਹਨਾਂ ਦੀ ਤਸੱਲੀ ਹੈ ਡਿਪਾਰਟਮੈਂਟ ਦੀ ਵੀ ਔਰ ਪੁਲਿਸ ਵਾਲਿਆਂ ਦੀ ਵੀ। ਤੁਹਾਡਾ ਕਿਸੇ ਨੇ ਸ਼ਿਕਾਇਤ ਕੀਤੀ ਸੀ ਜਾਂ ਕਿੱਦਾਂ? ਮੇਰੇ ਖਿਲਾਫ਼ ਕਿਸੇ ਨੇ ਸ਼ਿਕਾਇਤ ਕੀਤੀ, ਝੂਠੀ ਸ਼ਿਕਾਇਤ ਕੀਤੀ ਮੇਰੀ। ਉਸਦੇ ਖਿਲਾਫ਼ ਉਹਨਾਂ ਦੇ ਉਸ ਚੱਲਦੇ ਹੋਏ ਮੇਰੀ ਦੁਕਾਨ ਨੂੰ ਸ਼ਨੀਵਾਰ ਨੂੰ ਸੀਲ ਕਰ ਗਿਆ ਸੀ। ਮੈਂ ਕਿਸੇ ਘਰ ਦੀ ਕੋਈ ਪ੍ਰੋਬਲਮ ਕਰਕੇ ਮੈਂ ਬਾਹਰ ਗਿਆ ਸੀਗਾ, ਡੈਥ ਹੋ ਗਈ ਸੀ ਫੈਮਿਲੀ 'ਚੋਂ ਕਿਸੇ, ਮੈਂ ਉਸ ਕਰਕੇ ਬਾਹਰ ਸੀ। ਦੋ ਦਿਨ ਤੋਂ ਦੁਕਾਨ ਸੀਲ ਸੀ, ਅੱਜ ਪੁਲਿਸ ਦੀ ਮੌਜੂਦਗੀ ਦੇ ਵਿੱਚ, ਡਿਪਾਰਟਮੈਂਟ ਦੀ ਮੌਜੂਦਗੀ ਦੇ ਵਿੱਚ ਦੁਕਾਨ 'ਤੇ ਸੀਲ ਖੋਲ੍ਹੀ ਗਈ। ਪ੍ਰਧਾਨ ਸਾਰੇ ਖੜ੍ਹੇ ਸੀਗੇ, ਮੇਰੇ ਆਪਣੇ ਭਰਾ ਸਾਰੇ ਦੁਕਾਨ ਦੇ ਬਾਹਰ ਖੜ੍ਹੇ ਸੀਗੇ। ਜਦੋਂ ਸੀਲ ਉਹਨਾਂ ਦੀ ਮੌਜੂਦਗੀ ਖੁੱਲ੍ਹੀ ਗਈ ਹੈ, ਖੋਲ੍ਹ ਕੇ ਜੋ ਉਹਨਾਂ ਨੇ ਆਪਣੀ ਇੰਸਪੈਕਸ਼ਨ ਕੀਤੀ ਹੈ, ਦੁਕਾਨ ਚੈਕਿੰਗ ਕੀਤੀ, ਮਾਲ ਚੈਕਿੰਗ ਕੀਤੀ ਹੈ, ਕੁਛ ਇੱਦਾਂ ਦਾ ਕੰਮ ਕੁਛ ਨਹੀਂ। देश विदेश और अपने शहर की लोकल खबर के लिए हमारे चैनल को सब्सक्राइब जरूर करें और घंटी के बटन को जरूर दबाएं। आपका मनपसंद न्यूज़ चैनल केपीडी न्यूज़, हक सच और इंसाफ की आवाज़ आपको रखे सबसे आगे।